ਰਹੇ ਆ ਜੀ ਆਮ ਰੀਪਰ ਨਾਲੋਂ ਇਹ ਟਰਾਲੀ ਪਹਿਲਾਂ ਭਰੂ ਤੇ ਤੇਲ ਟਰੈਕਟਰ ਅੱਧਾ ਲੀਟਰ ਘੱਟ ਖਾਊਗਾ ਘੱਟ ਖਾਊਗਾ ਠੀਕ ਹੈ ਵੀਰੇ ਆਮ ਨਾਲੋਂ ਆਪਣੀ ਟੈਕਨੀਕ ਦਾ ਪੂਰਾ ਫਰਕ ਹੈ ਜੀ ਠੀਕ ਹੈ ਜੀ ਠੀਕ ਹੈ ਆ ਖੜੀ ਆ ਮਸ਼ੀਨ ਜਿਹੜੀ ਸਾਇਲ ਪਾਉਂਦੀ ਆ ਆਪਣੇ ਉਹਦਾ ਬਣਾਉਂਦੀ ਆ ਮੱਕੀ ਦਾ ਇਹ ਸਾਰੇ ਵੀਰੇ ਕਾਉ ਫਾਰਮ ਵਾਸਤੇ ਟਰੈਕਟਰਾਂ ਦੇ ਹਿਸਾਬ ਨਾਲ ਹੋਣੀ ਆ ਨਾ साढ़े इक्की लाख ठीक है जी अपने है कि गुआंढी आपे मंगूगा ठीक है अपनी क्वालिटी बिलीव कर रेडियल नहीं है जी साडे कोल लेकिन असीं जो जल्दी रेडियल टायर ठीक है अपना जिद्दां हो गया जी आ किन्ना साइज है जी मशीन जिहड़ी साइल पाउंदी आ अपने ओहदा बणाउंदी आ मक्की दा इह सारे वीरे काउ फार्म वास्ते हैलो हाँ जी किदां जी ठीक ठाक हो वधिया हो उम्मीद करते हैं सारे वधिया होवोंगे ठीक ठाक होवोंगे जी स्वागत है तुहाडा अपने चैनल ते जी दा नाम हरिंदर गुड़े वाला ते वीरे देख लो आ खड़ी आ मशीन जिहड़ी साइल पाउंदी आ अपने उहदा बणाउंदी आ मक्की दा इह सारे वीरे काउ फार्म वास्ते आ वीरे हैगी आ चन्नी दी ओह दूजी अपने तूड़ी बनाउण वाली आ देख लो वीरे ते देख सकते हो तो अपने आ अपने है सैलड जो पैक करते है ना उही है ना सैलड पैक करते मेरे हिसाब न उही है जो गठा बनाते नैचुरल चार बनाउंदे ट्रैक्टर नाल मशीन हना ओह लगी हुंदी आ ते इह अपने बई देख सकदे आ ओहदे जिवें आ मशीन आ ना जिहड़ी ओहदे ओह एवें कम करदी आ वीरे अपने भीरे एदी जानकारी दिओ भी की ओ बेलर आ जी ओ चल रहा उधर देखो हां जी चल रहा अच्छा एक मिनट लाली हां जी ठीक है जी तेरा की प्राइस की है जी 1.5 लाख दा साढ़े की लाख दा जी ऑटोमेटिक इलेक्ट्रॉनिक मॉडल है जी ठीक है जी ते एरा अपने है किथे बनदा किथे है ये सिरिए वाली बाजा खाना बरनाला रोड ते बाजा खाना ठीक है जी ओके धन्यवाद जी हां जी ड्रॉप हो जाते ठीक
ठीक है जी। अपना वीरे चैनल ते पावांगे वी वधिया, तुसीं दस्सो वीरे जानकारी वी की खासियत है। सब तो वड्डी खासियत ए आ जी, आम रीपर नालों इह ट्राली पहला भरू ते तेल ट्रैक्टर अद्धा लीटर घट खाऊगा। घट खाऊगा ठीक है वीरे, आम नालों अपनी टेक्निक दा पूरा फर्क है जी। ठीक है जी, ठीक है। ए किन्ने एदे अंदर किन्ने ब्लेड, किन्ने ब्लेड पैंदे आ कुल? 294 थ्रैशर दे ब्लेड। ठीक है वीरे, कुली ब्लेड कड़ी पैंदी आ? पिट कणक दी बिजाई करदा है ना? ठीक है वीरे, ਉਹਦਾ ਆਪਣਾ ਕੀ ਮਾਡਲ ਦਾ ਬਾਕੀ ਨਾਲੋਂ ਫਰਕ ਆ, ਉਹਦੇ ਬਾਰੇ ਵੀ ਦੱਸਿਓ ਮਾੜਾ ਜਿਹਾ। ਆਉਣ ਨਾਲੋਂ 1 ਲੀਟਰ ਤੇਲ ਘੱਟ ਖਾਊਗਾ ਜੀ। ਠੀਕ ਆ ਵੀਰੇ, ਠੀਕ ਆ। ਇਹਦੇ ਬਲੇਡ ਕਿਹੜੇ ਲੱਗੇ ਆ, ਸੀ ਟਾਈਪ ਕਿਹੜੇ? ਸੀ ਟਾਈਪ ਆ ਜੀ। ਠੀਕ ਆ ਜੀ। ਇਹ ਕਿੰਨੇ ਫੁੱਟ ਆ ਵੀਰੇ? ਇਹ 10 ਫੁੱਟ ਆ ਜੀ। ਇਹ 10 ਫੁੱਟ ਆ, ਠੀਕ ਆ। ਇਹ ਕਿੰਨੇ HP ਤੇ ਚੱਲ ਸਕਦਾ ਟਰੈਕਟਰ ਤੇ? 75 HP, ਠੀਕ ਆ। ਜਿਹੜਾ ਵੀਰੇ ਆਪਣੇ ਕੰਪਨੀ ਦਾ ਬਣਿਆ 8 ਫੁੱਟ ਆ, ਮੰਨ ਲਓ ਵੀ ਉਹ ਕਿੰਨੇ ਨਾਰਮਲ, ਕਿੰਨੇ HP ਦੇ? 55-60 HP ਤੇ ਚੱਲੀ ਜਾਂਦੇ ਆਰਾਮਦਾਰੀ ਨਾਲ, ਆਰਾਮ ਨਾਲ ਚੱਲੀ ਜਾਂਦੇ ਆ। ਠੀਕ ਹੈ ਜੀ। ਆ ਤੁਹਾਡੀ ਵੀਡੀਓ ਵੀ ਹੈ ਨਾ ਚੱਲ ਰਹੀ ਆ? ਇਹ ਸ਼ਰੇਡਰ ਸੀਡਰ ਦੀ ਚੱਲ ਰਹੀ ਆ ਜੀ। ਇਹ 3.5 ਲੀਟਰ ਨਾਲ ਆਪਾਂ ਕਿੱਲਾ ਬਿਜਾਈ ਕਰ ਸਕਦੇ ਆ ਕਣਕ ਦੀ ਇਹਦੇ ਨਾਲ। ਠੀਕ ਆ ਜੀ। ਅੱਛਾ, ਕਣਕ ਦੀ ਬਿਜਾਈ ਹੋ ਰਹੀ ਆ ਹੈ ਨਾ? ਕਣਕ ਦੀ ਬਿਜਾਈ ਹੋ ਰਹੀ ਆ। ਠੀਕ ਆ ਜੀ। ਕਣਕ ਉੱਗੀ ਵੀ ਦਿਖਾਵਾਂਗੇ ਆ, ਕਣਕ ਉੱਗੀ ਆ। ਉੱਗੀ ਹੋਈ ਆ? ਹਾਂ ਹਾਂ, ਨਹੀਂ ਵਧੀਆ ਹੀ ਆ ਨਾ। ਹਾਂ, ਕਣਕ ਵੀ ਵੱਧ ਨਹੀਂ ਪਊਗਾ, ਦੂਰੀ ਵੀ ਵੱਧ ਬਣ ਗਈ ਆ। ਠੀਕ ਆ ਜੀ। 3.5 ਲੀਟਰ ਨਾਲ ਕਣਕ ਬੀਜੀ ਆ। ਠੀਕ ਆ ਜੀ। ਆ ਦੇਖ ਸਕਦੇ ਹੋ ਜੀ ਤੁਸੀਂ ਇਹਨਾਂ ਦਾ ਸੁਪਰ ਸੀਡਰ, ਇਹਨਾਂ ਐਲ ਟਾਇਪ ਬਲੇਡ ਲੱਗੇ ਹੋਏ ਆ। ਇਹ ਤੁਹਾਨੂੰ ਦਿਖਾਉਣੇ ਆ ਜੀ ਅੱਗੇ ਜਾ ਕੇ। ਹਾਂਜੀ, ਚਲੋ ਆਇਓ। ਆ ਇੱਧਰ ਦੁਕਾਨਾਂ ਤੁਹਾਨੂੰ ਪਤਾ ਹੀ ਆ ਲੱਗੀਆਂ ਹੋਈਆਂ ਦੂਜੀਆਂ, ਵੀ ਜਿੱਦਾਂ ਕੋਈ ਸਬਜ਼ੀ ਕੱਟਣ ਵਾਲੀਆਂ, ਜਿੱਦਾਂ ਤੂਰ ਡੈਰੀ, ਜਿੱਦਾਂ ਡੈਰੀ ਦੇ ਰਿਲੇਟਡ ਹੀ ਆ ਸਾਰੀਆਂ। ਕੰਡੇ ਹੋ ਗਏ, ਕੰਪਿਊਟਰ ਕੰਡੇ ਹੋ ਗਏ, ਆਹ ਟਾਇਰ ਵਾਲੇ ਆ ਗਏ ਜੀ, ਤੇ ਟਾਇਰ ਵਾਲੇ ਆ ਗਏ, ਤੇ ਆਹ ਆ ਗਏ, ਤੇ ਆਹ ਆਪਣੇ ਆ ਗਏ ਸੈਲੇਜ ਵਾਲੇ। ਵੀਰੇ ਇਹ ਆਪਣੇ ਕੀ ਦੱਸਿਓ ਵੀਰੇ, ਕੀ ਆ ਵੀ ਆਪਣੇ ਇਹਨਾਂ 'ਚ ਵੀ ਤੁਹਾਡੀ ਮਸ਼ੀਨ ਆ ਕੋਈ ਕੀ ਆ ਜੀ? ਇਹ ਬਾਈ ਜੀ ਬੇਲਰ ਨਾਲ ਨਾ ਤੂੜੇ ਦੇ ਰੈਪ ਕੀਤਾ ਹੋਇਆ। ਠੀਕ ਹੈ ਜੀ। ਹਾਂਜੀ, ਇਹਨੂੰ ਚੰਗੀ ਤਰ੍ਹਾਂ ਕੰਪਰੈਸ ਕਰਕੇ, ਹਾਂਜੀ, ਤਾਂ ਕਿ ਸਟੋਰੇਜ ਲਈ ਵੀ ਵਧੀਆ ਘੱਟ ਜਗ੍ਹਾ ਘੇਰੇ। ਠੀਕ ਹੈ ਜੀ। ਤੇ ਇਹ ਜਾਨੀ ਕਿ ਪੂਰੇ ਨੂੜ ਕੇ ਬਣਾਇਆ ਜਾਨੀ ਕਿ ਇਹਨੂੰ ਪੂਰਾ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਇਹ ਕਿੰਨੇ ਕਿਲੋ ਦਾ ਹੋਊਗਾ ਸਾਰਾ? ਇਹ ਬਾਈ 150 ਕਿਲੋ ਦਾ ਹੈ। 150 ਕਿਲੋ ਦਾ, ਠੀਕ ਹੈ ਜੀ। 11 ਰੁਪਏ ਪਰ ਕੇਜੀ ਦਾ ਰੇਟ ਹੈਗਾ ਇਹਦਾ। ਠੀਕ ਹੈ ਜੀ, 11 ਪਰ ਕੇਜੀ ਦਾ, ਠੀਕ ਹੈ ਜੀ। ਹਾਂਜੀ ਹਾਂਜੀ। ਤੇਰੀ ਕੀ ਕੋਸਟ ਆ ਜੀ ਵੀ ਜੇ ਕਿਸੇ ਨੇ ਲੈਣਾ ਹੋਵੇ? ਬਾਈ ਜੇ ਕਿਸੇ ਨੇ ਲੈਣਾ ਹੋਵੇ 11 ਰੁਪਏ ਪਰ ਕੇਜੀ ਦੇ ਹਿਸਾਬ ਨਾਲ, ਜਿੰਨਾ ਵੀ ਮਤਲਬ ਵਜਨ ਆਏਗਾ ਉਹ 11 ਰੁਪਏ ਪਰ ਕੇਜੀ ਦੇ ਹਿਸਾਬ ਨਾਲ ਬਿਲਿੰਗ ਹੋ ਜਾਏਗੀ ਜੀ। ਠੀਕ ਹੈ ਜੀ। ਇਹ ਆਪਣੀ ਕੰਪਨੀ ਵੀਰੇ ਵੀ ਜਿੱਦਾਂ ਵੀ ਇਹ ਪ੍ਰੋਡਕਟ ਵੇਚਦੀ ਆ? ਹਾਂਜੀ, ਇਹ ਸਾਡਾ ਨਵਾਂ ਪ੍ਰੋਡਕਟ ਹੈਗਾ ਵੀਰ ਜੀ। ਬੇਸਿਕਲੀ ਆਪਣਾ ਜਿਹੜਾ ਮੇਨ ਪ੍ਰੋਡਕਟ ਹੈਗਾ ਸੈਲੇਜ ਦਾ ਹੈਗਾ। ਹਾਂਜੀ ਹਾਂਜੀ। ਤੇ ਹੁਣ ਜਿਹੜਾ ਤੂੜੀ ਦਾ ਸੀਜ਼ਨ ਆਏਗਾ ਬਣਾਉਣ ਦਾ, ਹੁਣ ਆਪਾਂ ਤੂੜੀ ਵਿੱਚ ਡੀਲ ਕਰਿਆ ਕਰਾਂਗੇ। ਹਾਂਜੀ, ਹਲੇ ਮਾਰਕੀਟਿੰਗ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੂੜੀ ਦਾ ਸੀਜ਼ਨ ਆਏਗਾ, ਨਿਊਟਰੀ ਵੀ ਆਪਣੀ ਤੂੜੀ ਵੀ ਸੇਲ ਕਰਿਆ ਕਰੇ। ਠੀਕ ਹੈ ਜੀ। ਬੇਸਿਕਲੀ ਆਪਾਂ ਸੈਲੇਜ ਦੇਗਾ, ਉਹ ਸਾਰੀ ਸੈਲੇਜ ਦੀ ਬਿੱਲਾਂ ਪਈਆਂ। ਠੀਕ ਹੈ ਜੀ। ਉਹ ਸੈਲੇਜ ਦੀਆਂ ਬਿੱਲਾਂ, ਉਹ ਵੀਰੇ ਮੱਕੀ ਦਾ ਵਾ ਸਾਰਾ? ਮੱਕੀ ਦਾ ਸੈਲੇਜ ਦਾ ਵੀਡੀਓ ਸਾਰਾ। ਅੱਛਾ, ਓਕੇ ਵੀਰੇ। ਇਹ ਤਾਂ ਫਿਰ ਅਲੱਗ ਅਲੱਗ ਵੇਟ ਆਉਂਦਾ ਹੋਊਗਾ ਨਾ ਵੀਰੇ? ਉੱਤੇ ਵਾਲੇ ਜਿਹੜੀ ਇਕੱਠਾ ਹੈਗੇ ਵੀਰ ਜੀ, ਉਹ 100-100 ਕਿਲੋ ਵਾਲੀਆਂ। ਠੀਕ ਹੈ ਜੀ। ਥੱਲੇ ਵਾਲੀ ਹੈਗੇ ਸਾਰੀ 500 ਕਿਲੋ। 500-500 ਕਿਲੋ ਸਾਡੇ ਕੋਲ ਵੈਸੇ। ਤੇ ਇਹ ਤਾਂ ਵੀ ਫਰਕ ਕੀ, ਕੋਈ ਫਰਕ ਹੈਗਾ ਵੀ ਕਿ ਸੇਮ ਹੀ ਆ ਵੀ ਆ ਜਿੱਦਾਂ? ਕੁਆਲਿਟੀ ਪੂਰੀ ਸੇਮ ਹੈ, ਰੇਟ ਦਾ ਫਰਕ ਹੈ। ਜਿਵੇਂ 100 ਕਿਲੋ ਵਾਲੀ ਇਕੱਠ ਲੋਗੋ ਹੈਗੀ 6 ਰੁਪਏ ਕਿਲੋ, ਜੇ 500 ਕਿਲੋ ਵਾਲੀ ਇਕੱਠ ਲੋਗੋ ਹੈਗੀ 5 ਰੁਪਏ 75 ਪੈਸੇ ਕਿਲੋ, ਤੇ ਪਾਲਾ ਅੱਡ ਪਏਗਾ। ਠੀਕ ਹੈ ਜੀ। ਹਾਂਜੀ ਵੀਰ ਜੀ, ਠੀਕ ਹੈ। ਇਹ ਆਪਣੇ ਕਿਹੜੀ ਜਗ੍ਹਾ ਤੋਂ ਆ ਵੀਰੇ? ਵੀਰੇ ਆਪਣੇ 2 ਪਲਾਂਟ ਰਾਜਪੁਰੇ ਹੈਗੇ, 1 ਪਲਾਂਟ ਹੈਗਾ ਆਪਣੇ ਖੰਨੇ ਕੋਲ। ਖੰਨੇ ਕੋਲ, ਠੀਕ ਹੈ ਵੀਰੇ। ਤੁਸੀਂ ਆਲ ਇੰਡੀਆ 'ਚ ਮਤਲਬ ਕਰਦੇ ਹੋ? ਡਿਲੀਵਰੀ ਹੈਗੀ ਵੀਰ ਜੀ, ਆਪਣਾ ਮਹਾਰਾਸ਼ਟਰ ਹੋਏ, ਗੁਜਰਾਤ ਹੋਏ, ਰਾਜਸਥਾਨ ਹੋਏ, ਜੰਮੂ ਕਸ਼ਮੀਰ ਹੋਏ, ਯੂਪੀ, ਜਿੱਥੇ ਮਰਜ਼ੀ ਡਿਲੀਵਰੀ ਕਰਨਾ ਚਾਹੋ ਹੋ ਜਾਏਗੀ। ਠੀਕ ਹੈ ਜੀ। ਆਪਣਾ ਕੋਈ ਕਨੈਕਟ ਨੰਬਰ ਹੈ ਜੀ? 99-88-324-900 ਮੇਰਾ ਨੰਬਰ ਹੈ, ਹਰਪ੍ਰੀਤ ਸਿੰਘ ਭਾਜੀ ਮੇਰਾ ਨਾਮ ਹੈ। 9988-324-900 ਹੈ। ਆਪ ਜੀ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਕੋਈ ਤੁਹਾਡੀ ਰਿਕੁਆਇਰਮੈਂਟ ਹੋਵੇ ਇਸ ਨੰਬਰ ਦੱਸ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਓਕੇ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ। ਲਓ ਜੀ, ਆਪਣਾ ਵੀਰੇ ਹਰਿੰਦਰ ਗੁੜੇ ਵਾਲਾ ਆਪਣੇ ਫੇਸਬੁੱਕ ਤੇ ਵੱਧ ਆ, ਤੇ ਯੂਟਿਊਬ ਤੇ ਹਜੇ ਆਪਾਂ ਹੋਣੀ ਸ਼ੁਰੂ ਕੀਤੇ ਆ। 9898-141-77-006
ਕੀ ਸ਼ੁਭ ਨਾਮ ਵੀਰ ਆਪਣਾ? ਹਰਿੰਦਰ ਸਿੰਘ ਵੀਰੇ। ਹਰਿੰਦਰ ਠੀਕ ਹੈ ਵੀਰੇ, ਬੋਲੋ ਤੁਹਾਨੂੰ। ਹਾਂਜੀ ਹਾਂਜੀ ਵੀਰੇ, ਓਕੇ ਵੀਰੇ। ਤੇ ਇੱਧਰ ਤੁਸੀਂ ਦੇਖ ਸਕਦੇ ਆ ਜੀ ਆਪਣੇ ਇਹ ਮੈਟ ਆ ਹਨਾ, ਨਹੀਂ ਪਹਿਲਾਂ ਟਾਇਰਾਂ ਦੇ, ਹਾਂ ਇਹ ਟਾਇਰਾਂ ਦੇ ਆ ਜੀ ਆਪਣੇ। ਹਾਂਜੀ ਆ ਟਾਇਰ ਸਰ, ਥੋੜੀ ਇਨਫੋਰਮੇਸ਼ਨ ਦਓਗੇ ਜੀ? ਹਾਂਜੀ ਹਾਂਜੀ ਬੋਲੋ। ਤੇ ਜੀ ਆਪਣੀ ਇਹ ਕੀ ਨਵੀਂ ਕੰਪਨੀ ਹੈ ਜੀ ਕੋਈ? ਨਹੀਂ ਜੀ, 2014 ਤੋਂ ਮਾਰਕੀਟ 'ਚ ਪ੍ਰੈਜ਼ੈਂਟ ਹੈ। ਠੀਕ ਹੈ ਜੀ। ਤੇ ਪਹਿਲੇ ਆਪਣਾ ਐਕਸਪੋਰਟ ਮਾਰਕੀਟ ਜ਼ਿਆਦਾ ਕੰਮ ਕਰ ਰਹੇ ਸੀਗੇ, ਹੁਣ ਡੋਮੈਸਟਿਕ ਮਾਰਕੀਟ 'ਚ ਐਕਸਪੈਂਡ ਕਰ ਰਹੇ ਹਾਂ। ਠੀਕ ਹੈ। ਪੰਜਾਬ ਦੇ, ਹਰਿਆਣਾ ਦੇ, ਹਰ ਸ਼ਹਿਰ ਦੇ ਵਿੱਚ ਸਾਡੇ ਡੀਲਰ ਹੈਗੇ। ਠੀਕ ਹੈ ਜੀ। ਤੇ ਜਿੱਦਾਂ ਆਪਣੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਾਣੀ ਕਿ ਸਾਰੇ ਸ਼ਹਿਰਾਂ ਤੇ ਹੈਗੇ ਆ ਹਨਾ ਜੀ, ਤੇ ਵੀ ਕੀ ਖਾਸੀਅਤ ਹੈ ਜੀ ਟਾਇਰਾਂ ਦੀ ਆਪਣੀ ਬਾਕੀ ਕੰਪਨੀਆਂ ਦੇ ਮੁਕਾਬਲੇ, ਵੀ ਕਿੱਦਾਂ ਆਪਾਂ? ਦੇਖੋ ਜੀ, ਸਾਡਾ ਮਕਸਦ ਇਹ ਹੈ ਕਿ ਅਸੀਂ ਕਸਟਮਰ ਨੂੰ ਕੁਆਲਿਟੀ ਦੇਈਏ। ਠੀਕ ਹੈ ਜੀ। ਜੇਬ ਤੇ ਵੀ ਜ਼ਿਆਦਾ ਵਜ਼ਨ ਨਾ ਪਏ। ਠੀਕ ਹੈ ਜੀ। ਠੀਕ ਹੈ ਜੀ। ਤੇ ਉਸ ਹਿਸਾਬ ਨਾਲ ਸਾਡੇ ਟਾਇਰ ਬਣੇ ਹੋਏ ਆ। ਹਾਂਜੀ। ਤੇ ਪ੍ਰਾਈਸਿੰਗ ਵੀ ਸਾਡੀ ਉਸ ਹਿਸਾਬ ਨਾਲ। ਠੀਕ ਹੈ ਜੀ। ਗਾਰੰਟੀ ਵਾਰੰਟੀ ਕਿੱਦਾਂ ਜੀ? ਇਹ 15,500 ਦੀ ਜੋੜੀ ਹੈ ਜੀ। ਠੀਕ ਹੈ ਜੀ। ਠੀਕ ਹੈ। ਨਹੀਂ ਆਪਣੇ ਜਿੱਦਾਂ ਗਾਰੰਟੀ, ਮੰਨ ਲਓ ਆਪਾਂ ਲਾ ਲਈਏ 16-28 ਦਾ ਟਾਇਰ ਜਿੱਦਾਂ ਮੰਨ ਲਓ ਲਾ ਲਈਏ ਹਨਾ ਜੀ, ਵੀ ਉਹਦਾ ਵੀ ਕੀ ਫਰਕ ਆ ਦੂਜੇ ਟਾਇਰਾਂ ਨਾਲ, ਵੀ ਕੀ ਪ੍ਰਾਈਸ ਚ ਫਰਕ ਕੀ ਆ ਜੀ? 16-28 ਦੀ ਜੋੜੀ ਮੇਰੀ ਪੈਂਦੀ ਹੈ ਜੀ 52,000 ਦੀ। ਠੀਕ ਹੈ ਜੀ। ਠੀਕ ਹੈ। ਹਾਂਜੀ। ਤੇ ਇਹਨੂੰ ਤੁਸੀਂ ਸੜਕ ਤੇ ਵੀ ਯੂਜ਼ ਕਰ ਸਕਦੇ ਹੋ ਤੇ ਖੇਤੀਬਾੜੀ ਚ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਠੀਕ ਹੈ। ਹਾਂਜੀ। ਤੇ 3 ਸਾਲ ਦੀ ਅਨਕੰਡੀਸ਼ਨਲ ਗਾਰੰਟੀ ਹੈ ਜੀ। ਹਾਂਜੀ। ਕਈ ਵਾਰ ਜਿੱਦਾਂ ਖਾਲਾ ਫੋੜਾ ਲੱਗ ਜਾਂਦਾ ਹੈ। ਹਾਂਜੀ ਹਾਂਜੀ। ਉਹ ਅਸੀਂ ਕਿਸਾਨ ਵਾਸਤੇ ਉਹ ਕਰਦੇ ਆ ਜੀ, ਕਵਰ ਕਰਦੇ ਆ। ਅੱਛਾ ਜੀ। 3 ਸਾਲ ਅੱਧੀ ਗੁੱਟੀ ਤੱਕ। ਅੱਧੀ ਗੁੱਟੀ ਤੱਕ। ਠੀਕ ਹੈ। ਉਹਦੇ ਇਲਾਵਾ 7 ਸਾਲ ਦੀ ਮੈਨੂਫੈਕਚਰਿੰਗ ਫਾਲਟ ਦੀ ਗਾਰੰਟੀ ਹੈ ਜੀ। ਠੀਕ ਹੈ। ਕੋਈ ਬਨਾਵਟੀ ਨੁਕਸ ਆ ਜਾਏ। ਹਾਂਜੀ ਹਾਂਜੀ। 7 ਸਾਲ ਚ ਕਵਰ ਕਰਦੇ ਆ। ਠੀਕ ਹੈ ਜੀ। ਪਿਸਾਈ ਕੱਟ ਕੇ ਉਹਨੂੰ ਟਾਇਰ ਮਿਲਦਾ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਆਪਣੇ ਹੀ ਇਹ ਜਿੱਦਾਂ ਸਾਰੇ ਸਾਈਜ਼ਾਂ ਚ ਉਪਲਬਧ, 12-28 ਜਿੱਦਾਂ, 14-28 ਜਿੱਦਾਂ, ਨਹੀਂ 13 ਹੁੰਦਾ ਵਾ, 13-9 ਦੂਜਾ ਹੁੰਦਾ ਵਾ। ਹਾਂਜੀ ਹਾਂਜੀ। ਅੱਛਾ ਜੀ। ਕਿ ਅਸੀਂ ਹੁਣ ਸਾਰੀ ਰੇਂਜ ਚ ਆ ਰਹੇ ਆ। ਠੀਕ ਹੈ ਜੀ। ਜਿਵੇਂ ਜਿਵੇਂ ਸਾਡੇ ਕੋਲੋਂ ਰੇਂਜ ਵਧਦੀ ਜਾ ਰਹੀ ਹੈ, ਅਸੀਂ ਹਰ ਮਹੀਨੇ ਕੋਈ ਨਵਾਂ ਨਵਾਂ ਟਾਇਰ ਇੰਟਰੋਡਿਊਸ ਕਰਦੇ ਜਾ ਰਹੇ ਹਾਂ। ਓਕੇ। ਔਰ ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਬਣਾ ਕੇ ਦੇਣ ਨੂੰ ਤਿਆਰ ਆ। ਠੀਕ ਹੈ ਜੀ। ਕਸਟਮਰ ਇੱਕ ਵਾਰੀ ਯੂਜ਼ ਕਰੇਗਾ, ਹਾਂਜੀ, ਉਹਨੂੰ ਵੇਖ ਕੇ ਉਹਦਾ ਗੁਆਂਢੀ ਆਪੇ ਮੰਗੂਗਾ। ਠੀਕ ਹੈ। ਅਸੀਂ ਆਪਣੀ ਕੁਆਲਿਟੀ ਦੇ ਨਾਲ ਬਿਲੀਵ ਕਰਦੇ ਹਾਂ। ਠੀਕ ਹੈ। ਇਹਦੇ ਵਿੱਚ ਆਪਾਂ ਰੇਡੀਅਲ ਟਾਇਰ ਵੀ ਕੋਈ ਕੱਢਿਆ ਹੋਇਆ ਹੈ? ਹਾਲੀ ਰੇਡੀਅਲ ਨਹੀਂ ਹੈ ਜੀ ਸਾਡੇ ਕੋਲ, ਲੇਕਿਨ ਅਸੀਂ ਜੋ ਜਲਦੀ ਰੇਡੀਅਲ ਟਾਇਰ ਦੇ ਦੇ। ਠੀਕ ਹੈ ਜੀ। ਇਹ ਆਪਣਾ ਜਿੱਦਾਂ ਹੋ ਗਿਆ ਜੀ, ਆਹ ਕਿੰਨਾ ਸਾਈਜ਼ ਹੈ ਜੀ? ਲਾਡਿੰਗ ਵੀ ਗੱਲ ਕਰਨੀ ਹੋਵੇ ਤੇ ਤੁਸੀਂ ਇਹ ਨੰਬਰਾਂ ਤੇ ਤੁਸੀਂ ਕਨੈਕਟ ਕਰ ਸਕਦੇ ਹੋ, ਮੈਨੇਜਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਹਾਂਜੀ ਹਾਂਜੀ। ਠੀਕ ਹੈ ਜੀ। ਠੀਕ ਹੈ ਜੀ। ਓਕੇ, ਥੈਂਕ ਯੂ ਸਰ, ਧੰਨਵਾਦ ਜੀ। ਕੋਈ ਕੰਪਲੇਂਟ ਵੀ ਆਉਂਦੀ ਹੈ ਤੇ ਤੁਸੀਂ ਸਾਡੇ ਮੈਨੇਜਰ ਨੂੰ ਫੋਨ ਕਰ ਸਕਦੇ ਹੋ, ਅਗਰ ਤੁਸੀਂ ਸਾਡੇ ਡੀਲਰ ਕੋਲ ਸੈਟੀਸਫਾਈਡ ਨਹੀਂ ਹੋ। ਹਾਂਜੀ, ਤੇ ਸਿੱਧਾ ਵੀ ਮੈਨੇਜਰ ਨੂੰ ਫੋਨ ਕਰ ਸਕਦੇ ਹਾਂ। ਠੀਕ ਹੈ ਜੀ, ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ। ਹਾਂਜੀ। ਤੇ ਆਪਣੇ ਵੀਰੇ ਜੁੜੋ ਆਹ ਦੂਜਾ ਵੀ, ਜਿੱਦਾਂ ਆਪਣੇ ਬੀਕੇ ਟੀਵੀ ਆਪਣੀ ਨਵੀਂ ਹੋਈ ਆਈ ਸੀਗੀ, ਉਹ ਵੀ ਬਹੁਤ ਵਧੀਆ ਰਹੀ ਆ ਹਨਾ, ਤੇ ਇੱਦਾਂ ਵੀ ਇਹਨਾਂ ਦਾ ਵੀ, ਤੇ ਇਹ ਫਿਰ ਇਹ ਜੀਸੀਬੀਆਂ ਦੇ ਹੋ ਗਏ ਹਨਾ। ਹਾਂਜੀ, ਇਹ ਜੀਸੀਬੀ ਦਾ ਹਨਾ ਜੀ। ਹਾਂਜੀ। ਠੀਕ ਹੈ। ਤੇ ਟਰੱਕਾਂ ਵਗੈਰਾ ਦੇ ਵੀ ਕਰਦੇ ਹੋ ਤੁਸੀਂ? ਟਰੱਕ ਦਾ ਟਾਇਰ ਹੈ ਜੀ। ਅੱਛਾ, ਇਹ ਟਰੱਕਾਂ ਦੇ, ਇਹ ਟਰਾਲੀਆਂ ਦੇ ਵੀ ਪੈ ਸਕਦਾ? ਪੈ ਸਕਦਾ, ਟਰੱਕ ਦਾ ਵੀ ਟਾਇਰ ਹੈ। ਠੀਕ ਹੈ ਜੀ। ਬਾਕੀ ਜਿਹੜੀ ਕੰਪਨੀਆਂ ਸਾਰੀਆਂ ਉਹ 20 mm ਗੁੱਡੀ ਦਿੰਦੀਆਂ ਨੇ। ਠੀਕ ਹੈ ਜੀ। 21 ਇੰਨੀ ਗੁੱਡੀ ਐ ਡੂੰਗੀ ਕਿਸੇ ਦੀ ਨੀ ਆਉਂਦੀ ਗੀ, ਇਹ ਤਾਂ ਮੈਂ ਵੀ ਦੇਖਿਆ ਵਾ ਨਾ।
ਤੇ ਹਾਂ ਇੰਨੀ ਡੁੱਗੀ ਹਾਂ ਵੀ ਵਧੀਆ ਵਾ ਠੀਕ ਆ ਆਪਾਂ ਜਿਹੜੀ ਤੁਹਾਨੂੰ ਕੱਟ ਦੀ ਗਰੰਟੀ ਦਿੱਤੀ ਹੋਈ ਹੈ ਉਹ ਸਾਰੇ ਮਤਲਬ ਕਿ ਮੋਟਰਸਾਈਕਲ ਤੋਂ ਲੈ ਕੇ ਟਰੈਕਟਰ ਤੱਕ ਸਾਰਿਆਂ ਤੇ ਹੈ ਜਾਨੀ ਕਿ ਨਹੀਂ ਟਰੈਕਟਰ ਉੱਤੇ ਨਹੀਂ ਹੈਗੀ ਹਾਂਜੀ ਹਾਂਜੀ ਤੁਹਾਨੂੰ ਗਲਤ ਕਹਿ ਦਈਏ ਹਾਂਜੀ ਹਾਂਜੀ ਕਿਉਂਕਿ ਉਹਨਾਂ ਦੇ ਵਜਨ ਫਿਰ ਵੱਧ ਲੱਦ ਲੈਂਦੇ ਆ ਨਾ ਚਲਦੇ ਆ ਨਾਲ ਕੱਚੇ ਪੱਕੇ ਚਲਦੇ ਹਾਂਜੀ ਹਾਂਜੀ ਕੱਚੇ ਪੱਕੇ ਚਲਦੇ ਹਾਂਜੀ ਹਾਂਜੀ ਉਹ ਲੋਡ ਚਲਦੇ ਆ ਤਾਂ ਕਰਕੇ ਠੀਕ ਹੈ ਜੀ ਤੇ ਜਿਹੜੇ ਆਪਣੇ ਆ ਇਹ ਟਰੈਕਟਰਾਂ ਦੇ ਮੁੰਡੇ ਅੱਜ ਕੱਲ ਪਾਉਂਦੇ ਆ ਹਨਾ ਜੀ ਇਹ ਇਹ ਦੂਜੇ ਕਿ 2 ਫੁੱਟੇ ਟਾਇਰੋਂ ਕਹਿੰਦੇ ਹੁੰਦੇ ਇਹਨਾਂ ਨੂੰ ਹਾਂਜੀ ਹਾਂਜੀ ਉਹ 2 ਫੁੱਟ ਦਾ ਟਾਇਰ ਹੈ ਵਾਲਾ ਜੀ ਆ ਦੇ ਆ ਗੁੱਡੀ ਵਾਲਾ ਹਨਾ ਜੀ ਹਾਂ ਗੁੱਡੀ ਵਾਲਾ ਅੱਛਾ ਅੱਛਾ 2 ਫੁੱਟ ਦਾ ਟਾਇਰ ਠੀਕ ਹੈ ਜੀ ਇਹਦਾ ਹੁਣ ਕੀ ਪ੍ਰਾਈਸ ਆਪਾਂ ਜੇ ਦੂਜਾ ਲੈਣਾ ਹੋਵੇ ਇੱਕ ਮਿੰਟ ਪ੍ਰਾਈਸ ਦੱਸ ਦੇ ਹਾਂਜੀ ਹਾਂਜੀ ਦੱਸ ਦੇ ਬੇਟਾ ਜਰਾ ਪ੍ਰਾਈਸ ਦੱਸਿਆ 2 ਫੁੱਟ ਦਾ ਕਿੰਨਾ ਇਹਨਾਂ ਦਾ ਪ੍ਰਾਈਸ ਦੱਸਿਆ ਜੀ ਕਿੰਨਾ ਸਰ ਇਹ ਤੁਹਾਨੂੰ ਪਏਗਾ ਇਹ 1942-17 ਸਾਈਜ਼ ਹੈ ਠੀਕ ਹੈ ਜੀ 26500 ਰੁਪਏ ਦੀ ਜੋੜੀ ਹੈ 26500 ਰੁਪਏ ਦੀ ਠੀਕ ਹੈ ਜੀ ਇਹ 31.5 ਹੈ ਠੀਕ ਹੈ ਜੀ ਇਹ ਤੁਹਾਨੂੰ ਪਏਗਾ ਆਪਣਾ 18500 ਠੀਕ ਹੈ ਜੀ ਸਰ ਆ ਮੈਨੂੰ 2 ਫੁੱਟੇ ਨਾਲੋਂ ਥੋੜਾ ਵੱਧ ਸਹੀ ਲੱਗਦਾ ਵਾ 2 ਫੁੱਟੇ ਦਾ ਇੰਨਾ ਨਹੀਂ ਹੁੰਦਾ ਵੈਸੇ 2 ਫੁੱਟਾ ਹੀ ਹੈ ਅੱਛਾ ਜੀ ਹਾਂਜੀ ਹਾਂਜੀ ਨਹੀਂ ਵੈਸੇ ਬਾਕੀ ਗਮਲੇ ਨੂੰ ਮੈਨੂੰ ਥੋੜਾ ਚੌੜਾ ਲੱਗਦਾ ਪਤਾ ਨਹੀਂ ਖਾਨੀ ਤਾਂ ਮੈਂ ਅੱਗੇ ਵੀ ਦੇਖਦਾ ਰਹਿਣਾ ਵੈਸੇ ਪਰ ਉਹ ਇਦੋਂ ਮੈਨੂੰ ਚੌੜਾ ਲੱਗਦਾ ਵਧੀਆ ਜਾਨੀ ਕਿ ਕਾਫੀ ਥੋੜਾ ਵਧੀਆ ਮੌਨਸਟਰ ਟਾਇਰ ਬਣਾਇਆ ਹੋਇਆ ਵਧੀਆ ਜੀ ਓਕੇ ਸਰ ਥੈਂਕ ਯੂ ਧੰਨਵਾਦ ਜੀ ਹਾਂਜੀ ਤੁਹਾਨੂੰ ਆਪਾਂ ਦਿਖਾਤੇ ਜੀ ਆ ਟਾਇਰ ਤੇ ਆਪਣੇ ਆਹ ਹੈਗੇ ਟਾਇਰਾਂ ਵਾਲੇ ਆਪਣੇ ਟਰੈਕਟਰਾਂ ਵਾਲੇ ਤੇ ਜਿੰਨਾ ਵੀ ਕਿਸੇ ਨੇ ਟਾਇਰ ਲੈਣੇ ਹੋਣ ਤੇ ਉਹ ਬਾਈਆਂ ਨਾਲ ਸੰਪਰਕ ਕਰ ਸਕਦਾ ਤੇ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ ਤੇ ਓਕੇ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਵ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਓਕੇ ਜੀ।